ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਤੁਹਾਨੂੰ ਦੱਸ ਦਈਏ, ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਜੋੜਾ ਫਾਟਕ 'ਤੇ ਮੌਜੂਦ ਹਾਂ, ਜਿੱਥੇ ਕਿ ਪਿਛਲੇ ਸਾਲ ਯਾਨੀ ਕਿ ਦੁਸਹਿਰੇ ਵਾਲੇ ਦਿਨ ਇੱਕ ਹਾਦਸਾ ਹੋਇਆ ਸੀ, ਰੇਲ ਹਾਦਸਾ ਜਿਹਨੂੰ ਕਿਹਾ ਜਾਂਦਾ ਸੀ। ਪੂਰੇ ਦੇਸ਼ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਜਦੋਂ ਰੇਲ ਹਾਦਸਾ ਹੋਇਆ ਸੀ, ਅਤੇ ਰੇਲ ਹਾਦਸੇ ਵਾਲੇ ਦਿਨ 60 ਤੋਂ ਉੱਪਰ ਜਾਨਾਂ ਚਲੀਆਂ ਗਈਆਂ ਸੀ ਅਤੇ 100 ਲੋਕ ਜ਼ਖਮੀ ਹੋਏ ਸੀ, ਅਤੇ ਜਿਹੜੇ 60 ਲੋਕ ਮਾਰੇ ਗਏ ਸੀ ਰੇਲ ਹਾਦਸੇ ਵਿੱਚ, ਉਹਨਾਂ ਦੇ ਪਰਿਵਾਰ ਵਾਲੇ ਅਜੇ ਤੱਕ ਇਨਸਾਫ ਦੀ ਮੰਗ ਕਰ ਰਹੇ ਨੇ। ਅਤੇ ਅੱਜ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਨਾਲ ਬੀਜੇਪੀ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ। ਇਸ ਵੇਲੇ ਅਸੀਂ ਰੇਲ ਹਾਦਸੇ ਦੇ ਜਿੱਥੇ ਜਿਹੜੇ ਟਰੈਕ ਨੇ ਉੱਥੇ ਅਸੀਂ ਮੌਜੂਦ ਹਾਂ, ਅਤੇ ਵੱਡੇ ਪੱਧਰ ਦੇ ਉੱਤੇ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਇੱਥੇ ਮੌਜੂਦ ਨੇ। ਹਰ ਪਾਸੇ ਤੋਂ ਦੱਸ ਦਿਆ ਸੀ ਕਿ ਇਸ ਵੇਲੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਨੇ ਅਕਸਰ ਹੀ ਕੀਤੇ ਜਾਂਦੇ ਨੇ ਪੰਜਾਬ ਪੁਲਿਸ ਵੱਲੋਂ, ਜਿਸ ਤਰ੍ਹਾਂ ਕਿ ਅੱਜ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ, ਨਾਲ ਕਮਾਂਡੋ ਫੋਰਸ ਵੀ ਇੱਥੇ ਤੁਹਾਨੂੰ ਤੈਨਾਤ ਨਜ਼ਰ ਆਏਗੀ। ਅਤੇ ਇਹ ਜਿਹੜਾ ਗੁਰਦੁਆਰਾ ਤੁਸੀਂ ਦੇਖ ਰਹੇ ਜੇ ਸਾਹਮਣੇ, ਉਸ ਗੁਰਦੁਆਰੇ ਦੇ ਅੰਦਰ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਅਤੇ ਜਿਹੜੇ ਰੇਲ ਹਾਦਸੇ ਵਿੱਚ ਮਾਰੇ ਗਏ ਸਨ ਉਹਨਾਂ ਦੇ ਪਰਿਵਾਰਿਕ ਮੈਂਬਰ ਅਤੇ ਨਾਲ ਬੀਜੇਪੀ ਦੇ ਕਾਰਜਕਰਤਾ ਇਸ ਗੁਰਦੁਆਰੇ ਦੇ ਅੰਦਰ ਮੌਜੂਦ ਨੇ। ਅਤੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ ਹੋਇਆ, ਬਸ ਕੁਝ ਦੇਰ ਤੱਕ ਉਹਦਾ ਭੋਗ ਪਏਗਾ, ਅਤੇ ਉਸ ਤੋਂ ਬਾਅਦ ਬੀਜੇਪੀ ਦੇ ਰਾਸ਼ਟਰੀ ਸਚਿਵ ਸਾਡੇ ਨਾਲ ਤਰੁਣ ਚੌਗ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਦੇਖ ਲੈਂਦੇ ਹਾਂ। ਖਾਸ ਤੌਰ 'ਤੇ ਮੌਜੂਦ ਹੋਏ ਸਰ, ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇੱਥੇ ਪਹੁੰਚੇ ਜੀ। ਕੀ ਕਹਿਣਾ ਚਾਹੋਗੇ ਇਹਨਾਂ ਦੇ ਪਰਿਵਾਰ ਜਿਹੜੇ ਨੇ ਇਸ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ, ਉਹਨਾਂ ਦੀ ਸ਼ਾਂਤੀ ਵਾਸਤੇ, ਆਤਮਾ ਦੀ ਸ਼ਾਂਤੀ ਵਾਸਤੇ ਅੱਜ ਤੁਸੀਂ ਪਹੁੰਚੇ, ਕੀ ਕਹਿਣਾ ਚਾਹੋਗੇ? ਐਸਾ ਕਿ ਅੱਜ ਇਸ ਪਾਠ ਰਾਹੀਂ ਜਿੱਥੇ ਅਸੀਂ ਰੱਬ ਕੋਲੋਂ ਅਰਦਾਸ ਕੀਤੀ ਹੈ, ਪ੍ਰਾਰਥਨਾ ਕਰ ਰਹੇ ਹਾਂ ਕਿ ਇਹਨਾਂ ਪਰਿਵਾਰਾਂ ਨੂੰ ਉਸ ਦੁੱਖ ਨੂੰ ਸਹਿਣ ਦੀ ਤਾਕਤ ਦੇ, 1 ਸਾਲ ਤੋਂ ਇਹ ਭਟਕ ਰਹੇ ਨੇ, ਇਹਨਾਂ ਨੂੰ ਸ਼ਕਤੀ ਦੇ, ਇਹਨਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦਿਓ। ਭਗਵਾਨ ਅੱਗੇ ਪ੍ਰਾਰਥਨਾ ਕਰ ਰਹੇ ਹਾਂ ਕਿ ਸਿੱਧੂ ਦੰਪਤੀ ਨੂੰ ਔਰ ਇਸ ਸਰਕਾਰ ਨੂੰ ਵੀ ਸਦਬੁੱਧੀ ਦੇ ਕਿ ਇਹਨਾਂ ਜਿਹੜੇ ਵਾਅਦੇ ਕੀਤੇ ਸੀ ਇਹਨਾਂ ਲੋਕਾਂ ਦੇ ਨਾਲ, ਉਹ ਪੂਰੇ ਕਰਨ। ਅਜੇ ਤੱਕ ਕੁਝ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦਾ ਨਾਮ ਵੀ ਹਜੇ ਤੱਕ ਨਹੀਂ ਬੋਲਦਾ ਪਿਆ, ਕੋਈ ਕਹਿ ਰਿਹਾ ਕਿ ਮੈਂ ਪੀੜਿਤ ਸੀ, ਕੋਈ ਕਹਿੰਦਾ ਮੇਰਾ ਪਰਿਵਾਰ ਦਾ ਜਵਾਬ। ਪਹਿਲਾ ਐਸਾ ਕਾਂਡ ਹੋਏਗਾ ਜਿਹਨੇ ਜਲਿਆਂਵਾਲੇ ਬਾਗ ਵਾਂਗੂ ਝੰਜੋਰ ਕੇ ਰੱਖ ਦਿੱਤਾ। ਇੱਕ ਤਾਂ ਰੇਲ ਗੱਡੀ 'ਤੇ ਥੱਲੇ ਲੋਕ ਆ ਗਏ, ਉੱਤੋਂ ਲਾਠੀਆਂ ਚਲਾ ਚਲਾ ਕੇ ਉਸ ਵੇਲੇ ਜੋ ਹਾਲਾਤ ਇਸ ਇਲਾਕੇ ਦਾ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ, ਨਵਜੋਤ ਸਿੰਘ ਸਿੱਧੂ ਨੇ, ਉਹ ਭੁੱਲਦਾ ਨਹੀਂ। ਤੁਹਾਡੀ ਸਰਕਾਰ ਵਾਸਤੇ, ਕੇਂਦਰ ਸਰਕਾਰ ਵਾਸਤੇ ਵੀ ਕੋਈ ਨਾ ਕੋਈ ਸਵਾਲ ਚੁੱਕ ਰਿਹਾ ਕਿ ਕੇਂਦਰ ਸਰਕਾਰ ਨੇ ਵੀ ਕੁਝ ਖਾਸ ਉਪਰਾਲੇ ਨਹੀਂ ਕੀਤੇ ਇਹਨਾਂ ਲੋਕਾਂ ਵਾਸਤੇ ਜਿਹੜੇ ਕਿ ਰੇਲ ਹਾਦਸੇ 'ਚ ਮਾਰੇ ਗਏ? ਐਸਾ ਕਿ ਰੇਲ ਜਿਹੜੇ ਨਿਯਮ ਨੇ ਉਹਦੇ ਮੁਤਾਬਕ ਇਹਦੀ ਜਾਂਚ ਵੀ ਹੋਈ ਔਰ ਜਾਂਚ ਰਿਪੋਰਟ ਅਸੀਂ ਪੰਜਾਬ ਸਰਕਾਰ ਨੂੰ ਸਬਮਿਟ ਕਰੀ। ਪਰ ਜੇ ਰਿਪੋਰਟ ਦੀ ਗੱਲ ਕੀਤੀ ਉਹ ਤੁਸੀਂ ਕਰ ਦਿੱਤੀ ਹੈ, ਪਰ ਫਿਰ ਵੀ ਕੋਈ ਨਾ ਕੋਈ ਇਨਸਾਫ ਜਾਂ ਫਿਰ ਇਨਸਾਫ ਨਹੀਂ ਮਿਲਿਆ, ਜਾਂ ਤੁਹਾਡੇ ਵੱਲੋਂ ਕੀ ਇਹਨਾਂ ਵਾਸਤੇ ਸਹਿਯੋਗ ਦਿੱਤਾ ਗਿਆ? ਕਿਉਂਕਿ ਤੁਹਾਡੀ ਪ੍ਰਜਾ ਆਪਣੀ ਜਿਹੜੀ ਰਿਪੋਰਟ ਹੁੰਦੀ ਹੈ ਸਟੇਟ ਗੌਰਮੈਂਟ ਨੂੰ, ਕਿਉਂਕਿ ਐਡਮਿਨਿਸਟ੍ਰੇਸ਼ਨ ਸਟੇਟ ਗੌਰਮੈਂਟ ਕੋਲ ਹੁੰਦੀ ਹੈ, ਹੋਮ ਸਟੇਟ ਗੌਰਮੈਂਟ ਦਾ, ਉਹਨੂੰ ਜਮ੍ਹਾਂ ਕਰਾਈ ਹੈ। ਇਹ 'ਤੇ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਨੇ ਲੈਣੀ। ਇਹਨਾਂ ਦਾ ਕਹਿਣਾ ਵਾ ਕਿ ਤੁਹਾਡੇ ਵੱਲੋਂ ਇੱਥੇ ਆ ਕੇ ਬੈਠਾ ਵੀ ਨਹੀਂ ਗਿਆ ਨਾਲ, ਕਿਉਂਕਿ ਜਦੋਂ 19 ਤਰੀਕ ਨੂੰ ਇਹਨਾਂ ਨੇ ਪਹਿਲੇ ਜਦੋਂ ਦੁਸਹਿਰੇ ਵਾਲੇ ਦਿਨ ਇਹਨਾਂ ਨੇ ਧਰਨਾ ਲਗਾਇਆ ਸੀ, ਕਹਿੰਦੇ ਵੀ ਸਾਰੀਆਂ ਪਾਰਟੀਆਂ ਇੱਥੇ, ਬੀਜੇਪੀ ਨਹੀਂ ਸੀ ਪਹੁੰਚੀ, ਉਹ ਵੀ ਰੋਸ ਜਿਹੜਾ ਵਾ ਕਰਦੇ ਨੇ। ਸਾਰੇ ਕੌਂਸਲਰ ਇੱਥੇ ਸੀ, ਰਜੇਸ਼ ਨਹੀਂ ਇੱਥੇ ਸੀ, ਨਹੀਂ ਪਹੁੰਚੇ ਸੀ, ਉਹ ਕਹਿ ਰਹੇ ਵੀ ਨਹੀਂ ਪਹੁੰਚੇ ਸੀ। ਹੋ ਸਕਦਾ ਆਟੋ ਸਟੇਸ਼ਨ ਹੋਣ, ਲੇਕਿਨ ਇੱਥੇ ਸਾਰੀ ਪਾਰਟੀ ਇੱਥੇ। ਅੱਜ ਇਹਨਾਂ ਵਾਸਤੇ ਖਾਸ ਕੁਝ ਕੀਤਾ ਜਾਏਗਾ? ਐਸਾ ਕਿ ਇਹ ਲੋਕਲ ਲੋਕਾਂ ਦਾ ਕੰਮ ਹੈ, ਅਸੀਂ ਤਾਂ ਪ੍ਰਭੂ ਕੇ ਪ੍ਰਾਰਥਨਾ ਹੀ ਕਰ ਸਕਦੇ ਹਾਂ।
ਸੋ ਤਰੁਣ ਚੁੱਗ ਜੀ ਨਾਲ ਗੱਲਬਾਤ ਕੀਤੀ ਹੈ। ਤਸਵੀਰਾਂ ਤੁਹਾਨੂੰ ਫਿਰ ਦਿਖਾ ਦਿੰਦੇ ਹਾਂ ਕਿ ਰੇਲਵੇ ਟਰੈਕ ਦੀਆਂ, ਜਿਹੜੇ ਰੇਲਵੇ ਟਰੈਕ 'ਤੇ ਅਸੀਂ ਇਸ ਵੇਲੇ ਮੌਜੂਦ ਹਾਂ। ਪਰਿਵਾਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਪਰਿਵਾਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਨਾ ਹੀ ਕਾਂਗਰਸ ਸਰਕਾਰ, ਨਾ ਅਕਾਲੀ ਸਰਕਾਰ ਅਤੇ ਨਾ ਹੀ BJP ਸਰਕਾਰ ਵੱਲੋਂ ਕੋਈ ਖਾਸ ਸਾਡੇ ਵਾਸਤੇ ਕੀਤਾ ਗਿਆ। ਅਜੇ ਤੱਕ ਸਾਨੂੰ ਇਹੋ ਹੀ ਜਿਹੜੀ ਹੈ ਮੰਗ ਸਾਡੀ ਪੂਰੀ ਨਹੀਂ ਕੀਤੀ ਗਈ ਕਿ ਨੌਕਰੀ ਸਾਨੂੰ ਦਿੱਤੀ ਜਾਵੇ। ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਹਰ ਇੱਕ ਜਿਹੜਾ ਅਨਾਥ ਬੱਚਾ ਹੈ ਉਹਨੂੰ ਗੋਦ ਲਿੱਤਾ ਜਾਏਗਾ, ਉਹਨੂੰ ਅਡੋਪਟ ਕੀਤਾ ਜਾਏਗਾ, ਜਿਹੜੇ ਪਰਿਵਾਰ ਦੁਖੀ ਨੇ ਉਹਨਾਂ ਦੀ ਹੱਥ ਜਿਹੜਾ ਉਹਨਾਂ ਦਾ ਫੜਿਆ ਜਾਏਗਾ। ਨਵਜੋਤ ਸਿੰਘ ਸਿੱਧੂ ਵੱਲੋਂ ਖਾਸ ਤੌਰ 'ਤੇ ਕਿਹਾ ਗਿਆ ਸੀ ਕਿ ਪਰ ਇਸ ਵੇਲੇ ਇਹ ਪਰਿਵਾਰ ਜਿਹੜੇ ਨੇ ਰੋ ਰਹੇ ਨੇ, ਇਸ ਵੇਲੇ ਪਰਿਵਾਰ ਜਿਹੜੇ ਨੇ ਇੰਤਜ਼ਾਰ ਕਰਦੇ ਪਏ ਨੇ ਕਿ ਕਦੋਂ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਏਗਾ। ਸਾਡੀ 22 ਤਰੀਕ ਨੂੰ ਜੇ ਸਰਾਈ ਹੋਣਾ ਚਾਹੀਦੀ ਹੈ, ਅਸੀਂ ਤਦ ਤੱਕ ਨਹੀਂ ਪਿੱਛੇ ਹਟਾਂਗੇ। ਜੇ ਸਾਡੀ ਵੱਲੋਂ ਕੋਈ ਨਾ ਕੋਈ ਉਪਰਾਲਾ ਕੀਤਾ ਜਾ ਰਿਹਾ, ਜਿਸ ਤਰ੍ਹਾਂ ਕੰਬਲ ਰੱਖੇ ਆ, ਆਟਾ ਰੱਖਿਆ ਹੋਇਆ ਵੀ ਦੇਣ ਵਾਸਤੇ ਤੁਹਾਨੂੰ ਪਹੁੰਚ। ਦੇਖੋ ਅਸੀਂ ਇਹ ਜਿਹੜਾ ਤੁਸੀਂ ਕਰ ਰਹੇ ਹੋ ਆਪਾਂ ਨਹੀਂ ਰਹਿਣਾ, ਸਾਡੀ ਸਾਡੀ ਜ਼ਿੰਦਗੀ ਦਾ ਸਵਾਲ ਹੈਗਾ ਅਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਸਾਲ ਹੈ ਸਾਨੂੰ ਪੁੱਛਿਆ ਨਹੀਂ ਗਿਆ, ਸਾਡੇ ਨੌਕਰੀਆਂ ਵਾਧੇ ਕੀਤੇ ਗਏ, ਪੂਰੇ ਕਿਤੇ ਸਾਡੀ ਜ਼ਿੰਦਗੀ ਦਾ ਸਵਾਲ ਹੈਗਾ। ਭਾਜੀ ਕੌਣ ਪਰਿਵਾਰ ਵਿੱਚੋਂ ਕੌਣ? ਮੇਰਾ ਬੇਟਾ ਗਿਆ। ਅਤੇ ਸਰਕਾਰਾਂ ਵੱਲੋਂ ਚਲੋ ਪੂਰੇ ਵਾਅਦੇ ਨਹੀਂ ਪੂਰੇ ਕੀਤੇ ਜਾਂਦੇ, ਪਰ ਕੁਛ ਨਾ ਕੁਛ ਉਪਰਾਲੇ ਕੀਤੇ ਜਾ ਰਹੇ ਆ, ਜਿਸ ਤਰ੍ਹਾਂ ਸਮਾਨ ਲਿਆਂਦਾ ਤੁਹਾਡੇ ਵਾਸਤੇ। ਵੀਰ ਜੀ ਮੇਰੀ ਗੱਲ ਸੁਣੋ, ਇਹ ਆਟਾ ਤਾਂ ਘਰ ਅਸੀਂ ਅੱਗੇ ਵੀ ਖਾਂਦੇ ਹਾਂ, ਇਹ ਕੰਬਲ ਸਾਡੇ ਘਰ ਅੱਗੇ ਵੀ ਹੈਗੇ ਨੇ, ਇਹ ਕੋਈ ਜ਼ਰੂਰੀ ਨਹੀਂ ਹੈ ਵੀ ਸਾਨੂੰ। ਹਾਂ ਸਾਡੇ ਬੱਚੇ ਗਏ ਆ, ਕੋਈ ਇਹ ਨਹੀਂ ਹੈ ਵੀ ਅਸੀਂ ਉਹਨਾਂ ਦਾ ਮੁੱਲ ਪਾਉਣ ਡੇ ਹਾਂ, ਠੀਕ ਹੈ ਨਾ। ਅਸੀਂ ਉਹ ਬੱਚੇ ਮੁੱਲ ਪਾਉਣ ਵਾਸਤੇ ਨਹੀਂ ਇੱਥੇ ਭੇਜੇ ਵੀ ਉਹ ਬੱਚੇ ਸਾਡੇ ਮੁੱਲ ਉਹਨਾਂ ਦਾ ਪਾਇਆ ਜਾਵੇ, ਬੱਚੇ ਮਾਂ ਪਾਲਦੀ ਆ ਆਪਣੇ ਭਵਿੱਖ ਵਾਸਤੇ ਵੀ ਉਹ ਜਵਾਨ ਹੋਊਗਾ ਕੁਛ, ਸਾਡਾ ਬੱਚਾ ਉੱਠ ਕੇ ਕੋਈ ਕਮਾਊਗਾ, ਸਾਡੇ ਹੈਲਪ ਕਰੂਗਾ। ਹਾਂ ਇਹ ਆਟੇ ਵਾਸਤੇ ਨਹੀਂ ਬੱਚੇ ਇੱਥੇ ਭੇਜੇ ਵੀ ਸਾਡੇ ਬੱਚੇ ਮਰ ਜਾਣ ਤੇ ਅਸੀਂ ਆਟੇ ਲਈ, ਅਸੀਂ ਆਟੇ ਨਹੀਂ ਖੜਨਾ ਤੇ ਨਹੀਂ ਖੜਨੇ ਬਸ ਮਨਜ਼ੂਰ ਤੁਹਾਨੂੰ ਇਹ ਸਾਰਾ ਸਮਾਨ ਨਾ ਹਾਂ ਅਸੀਂ ਖੜਨਾ ਨਹੀਂ, ਕਿਹੇ ਜਨਾਨੀ ਨਾਲ ਨਹੀਂ ਜੇ ਖੜਨਾ, ਜਿਹੜੀ ਜਨਾਨੀ ਨੇ ਖੜੇ ਇੱਥੇ ਸਾੜ ਦੇਣੀ ਜੀ, ਬਸ ਸਿੱਧੀ ਗੱਲ। ਕੀ ਕਹਿਣਾ ਚਾਹੋਗੇ ਮਾਤਾ ਜੀ? ਸਮਾਨ ਜਿਹੜਾ ਦਿੱਤਾ ਗਿਆ ਤੁਹਾਨੂੰ ਕੀ ਕਹਿੰਦੇ? ਸਮਾਨ ਬੇਟਾ ਕੀ ਕਰੀਏ, ਰੋਟੀ ਤਾਂ ਅੱਗੇ ਵੀ ਭੁੱਖ ਖਾਣੇ ਪਏ, ਰੋਟੀ ਤਾਂ ਅੱਗੇ ਸਾਡੀ ਜ਼ਿੰਦਗੀ ਬਾਰੇ ਸੋਚੋ, ਸਾਡੇ ਅੱਗੇ ਐਡੀ ਲੰਬੀ ਸਾਡੀ ਜ਼ਿੰਦਗੀ ਉਹਨੇ ਤਾਂ ਖਤਮ ਨਹੀਂ ਹੋ ਚੱਲੀ, ਹਾਲੇ ਸਾਡੀ ਅੱਧੀ ਉਮਰ ਨਹੀਂ ਹੋਈ, ਅੱਧੀ ਸਾਡੀ ਪਈ ਆ ਸਾਡੀ, ਅਸੀਂ ਉਹ ਜ਼ਿੰਦਗੀ ਆਪਣੀ ਸਵਾਰਨਾ ਚਾਹੁੰਦੇ ਹਾਂ। ਹੁਣ ਸਾਡਾ ਮੇਰਾ ਬੱਚਾ ਨੇ, ਮੇਰਾ ਬੱਚਾ ਕਮਾਉਣ ਵਾਲਾ ਚਲੇ ਗਿਆ, ਹੁਣ ਸਾਨੂੰ ਸਾਡੀ ਉਮਰ ਸਾਡੀ ਉਮਰ ਵਾਸਤੇ ਸਾਡਾ ਸੋਚੋ ਬਸ। ਰਾਜਨੀਤੀ ਜੇ ਆਪਾਂ ਦੇਖੀ ਜਾਵੇ ਤਾਂ ਟਾਈਮ ਤੁਹਾਡੇ ਵੱਲੋਂ ਦਿੱਤਾ ਗਿਆ ਸੀ, ਤਾਂ ਸਰਕਾਰੀ ਨੁਮਾਇੰਦੇ ਪਹੁੰਚੇ ਸੀ ਉਹਨਾਂ ਵੱਲੋਂ ਟਾਈਮ ਦਿੱਤਾ ਗਿਆ ਸੀ 22 ਤਰੀਕ ਦਾ, ਅਤੇ ਉਦੋਂ ਜੇ 22 ਦੇ ਵਿੱਚ ਨਹੀਂ ਕੋਈ ਇਸ ਤਰ੍ਹਾਂ ਹੱਲ ਹੁੰਦਾ ਤੁਹਾਡਾ ਤਾਂ ਫਿਰ ਅਗਲਾ ਕਦਮ ਕੀ ਹੋਏਗਾ? ਹੱਲ ਉਹੀ ਜੋ ਅਸੀਂ ਉਹਨਾਂ ਨੂੰ ਕਿਹਾ ਹੋਇਆ, ਅਲਟੀਮੇਟਮ 22 ਤਰੀਕ ਦਾ ਦਿੱਤਾ ਹੋਇਆ, ਜੋ ਫਿਰ ਹੋਏਗਾ ਸਾਰਿਆਂ ਦੇ ਨਾਲ ਹੀ ਸਭ ਨੂੰ ਪਤਾ ਲੱਗ ਹੀ ਜਾਣਾ। 22 ਤਰੀਕ ਦਾ ਅਸੀਂ ਇਹਨਾਂ ਨੂੰ ਟਾਈਮ ਦਿੱਤਾ, ਜੇ ਉਸ ਤੋਂ ਪਹਿਲਾਂ ਸਾਡੀ ਕੋਈ ਸੁਣਾਈ ਹੋ ਜਾਂਦੀ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ 22 ਨੂੰ ਅਸੀਂ ਬੈਠਣਾ ਉੱਥੇ ਰੇਲ ਟਰੈਕ 'ਤੇ। ਹੁਣ ਜਿਹੜਾ ਆਟਾ ਅਤੇ ਕੰਬਲ ਲਿਆਉਂਦੇ ਆ ਇਹ ਕੀ ਕੀਤਾ ਜਾਏਗਾ ਇਹਦਾ, ਜੇ ਉਹ ਰੱਖ ਕੇ ਚਲੇ ਗਏ ਨੇ ਤੁਸੀਂ ਲਵੋਗੇ ਜਾਂ ਨਹੀਂ? ਅਸੀਂ ਨਹੀਂ ਉਹਨਾਂ ਨੂੰ ਬੇਸ਼ੱਕ ਉਹ ਦਾਨ ਕਰ ਦਿੰਦੇ, ਹੋਰ ਜਿਸ ਤੋਂ ਸਾਡੇ ਤੋਂ ਵੀ ਜ਼ਿਆਦਾ ਕਈ ਜ਼ਰੂਰਤਮੰਦ ਹੈਗੇ ਨੇ ਉਹਨਾਂ ਨੂੰ ਦੇ ਦੇਣ, ਸਾਡੇ ਵੱਲੋਂ ਜੋ ਮਰਜ਼ੀ ਕਰਨ, ਸਾਨੂੰ ਇਸ ਚੀਜ਼ਾਂ ਦੀ ਨਹੀਂ ਲੋੜ, ਸਾਨੂੰ ਸਿਰਫ ਉਹਨਾਂ ਦੇ ਸਾਥ ਦੀ ਲੋੜ ਹੈ। ਜੇ ਦੇ ਸਕਦੇ ਨੇ ਤਾਂ ਆਪਣਾ ਸਾਥ ਦੇਣ, ਸਾਡੇ ਨਾਲ ਆ ਕੇ ਮੋਢੇ ਨਾਲ ਮੋਢਾ ਲਾ ਕੇ ਖਲੋਣ, ਬਹਿਣ ਜਿੱਥੇ ਅਸੀਂ ਬੈਠਣਾ ਹੋਵੇ ਟਰੈਕ 'ਤੇ, ਤਾਂ ਹੀ ਅਸੀਂ ਸਮਝੀਏ ਕਿ ਹਾਂ ਵਾਕਈ ਸਾਡੇ ਦਿਲੋਂ ਹਮਦਰਦੀ ਨੇ, ਬਸ ਇਸ ਤੋਂ ਬਾਅਦ ਹੋਰ ਮੈਂ ਕੁਛ ਨਹੀਂ ਕਹਿ ਸਕਦੀ। ਸੋ ਸਾਰੇ ਪਰਿਵਾਰ ਮੌਜੂਦ ਸਨ ਸਾਡੇ ਨਾਲ, ਸਾਰੇ ਪਰਿਵਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਨਾਲ ਦੇ ਨਾਲ BJP ਕਾਰਜਕਰਤਾ ਜਿਹੜੇ ਪਹੁੰਚੇ ਸਨ ਜਾਂ BJP ਰਾਸ਼ਟਰੀ ਸਚਿਵ ਜਿਹੜੇ ਤਰੁਣ ਚੁੱਗ ਜੀ ਉਹਨਾਂ ਵੱਲੋਂ ਵੀ ਇੱਥੇ ਆ ਕੇ ਇਹਨਾਂ ਪਰਿਵਾਰ ਦੀ ਸੋਤ ਲਿੱਤੀ ਗਈ ਹੈ ਅਤੇ ਉਹ ਜਿਹੜੇ ਰੇਲ ਹਾਦਸੇ ਵਿੱਚ ਪੀੜਿਤ ਸਨ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਪਾਠ ਕਰਾਇਆ ਗਿਆ ਸੀ ਅਤੇ ਉਸ ਪਾਠ ਦੇ ਵਿੱਚ BJP ਖਾਸ ਤੌਰ 'ਤੇ ਪਹੁੰਚੀ ਹੈ ਅਤੇ ਇਹਨਾਂ ਪਰਿਵਾਰਾਂ ਵੱਲੋਂ ਕਹਿਣਾ ਕਿ BJP ਵੱਲੋਂ ਕੁਝ ਨਾ ਕੁਝ ਜਿਹੜੇ ਉਪਰਾਲੇ ਵੱਖ ਵੱਖ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਅਤੇ BJP ਵੱਲੋਂ ਵੀ ਅੱਜ ਜਿਹੜੇ ਉਪਰਾਲਾ ਕੀਤਾ ਗਿਆ ਆਟਾ ਵੰਡਣ ਦਾ ਅਤੇ ਕੰਬਲ ਵੰਡਣ ਦਾ ਉਹ ਸਾਨੂੰ ਨਾਗਵਾਰ ਹੈ, ਸਾਨੂੰ ਇਹ ਚੀਜ਼ ਨਹੀਂ ਚਾਹੀਦੀ, ਜੇ ਦੇਣਾ ਹੈ ਤਾਂ ਸਾਡਾ ਸਾਥ ਦਿੱਤਾ ਜਾਵੇ, ਸਾਨੂੰ ਇਨਸਾਫ ਦਿਲਾਇਆ ਜਾਵੇ, ਸਾਨੂੰ ਨੌਕਰੀਆਂ ਜਿਹੜੀਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਉਹ ਦਵਾਈਆਂ ਜਾਣ, ਨਹੀਂ ਤਾਂ ਸਾਨੂੰ ਇਸ ਚੀਜ਼ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ।